ਅਜੀਤ ਵੈਬ ਟੀਵੀ ਵੇਖ ਰਹੇ ਦਰਸ਼ਕੋ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਮੈਂ ਤੁਹਾਡਾ ਸਾਥੀ ਤਰਵਿੰਦਰ ਸਿੰਘ ਔਲਖ ਦਰਦ 47 ਦਾ ਤਹਿਤ ਅੱਜ ਅਸੀਂ ਪਹੁੰਚੇ ਹੋਇਆ ਜੀ ਪਿੰਡ ਸੌੜੀਆਂ ਤਹਿਸੀਲ ਅਜਨਾਲਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਇੱਥੇ ਅਸੀਂ ਗੱਲ ਕਰਾਂਗੇ ਬਜ਼ੁਰਗ ਕਸ਼ਮੀਰ ਸਿੰਘ ਹੋਰਾਂ ਦੇ ਨਾਲ ਜਿਨ੍ਹਾਂ ਦਾ ਜਨਮ ਪਾਕਿਸਤਾਨ ਦੇ ਇੱਕ ਪਿੰਡ ਦੇ ਵਿੱਚ ਹੋਇਆ ਉੱਥੇ ਉਹ ਖੇਡੇ ਮੱਲੇ ਤੇ ਉਹਨਾਂ ਪਿੰਡਾਂ ਦੇ ਵਿੱਚ ਉਸ ਸਮੇਂ ਦੇ ਵਿੱਚ ਕੀ ਹਾਲਾਤ ਸਨ ਕਿੰਨਾ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਆਪਣੇ ਘਰ-ਬਾਰ, ਆਪਣੇ ਸੱਜਣ, ਆਪਣੇ ਖੇਤ ਸਾਰਾ ਕੁਝ ਛੱਡ ਕੇ ਆਉਣਾ ਪਿਆ ਕੀ ਤੰਗੀਆਂ ਤੁਰਸ਼ੀਆਂ ਆਈਆਂ ਉਹ ਸਾਰਾ ਕੁਝ ਅਸੀਂ ਉਹਨਾਂ ਕੋਲੋਂ ਜਾਣਾਂਗੇ ਆਓ ਮਿਲਦੇ ਹਾਂ ਬਾਪੂ ਕਸ਼ਮੀਰ ਸਿੰਘ ਹੋਰਾ ਦੇ ਨਾਲ ਪਿਆਰੇ ਦਰਸ਼ਕੋ ਸਾਡੇ ਨਾਲ ਮੌਜੂਦ ਨੇ ਬਾਪੂ ਕਸ਼ਮੀਰ ਸਿੰਘ ਜੀ ਇਹਨਾਂ ਕੋਲੋਂ ਜਾਣਾਂਗੇ ਇਹਨਾਂ ਦਾ ਉੱਥੇ ਪਿੰਡ ਕਿਹੜਾ ਸੀ ਪਾਕਿਸਤਾਨ ਦੇ ਵਿੱਚ ਇਹਨਾਂ ਦੀ ਉਮਰ ਕਿੰਨੀ ਸੀ ਉਥੇ ਕਿਹੋ ਜੇ ਇਹਨਾਂ ਨੇ ਦਿਨ ਬਤੀਤ ਕੀਤੇ ਤੇ ਵੰਡ ਵੇਲੇ ਕਿਹੋ ਜਾਂ ਸੰਤਾਪ ਭੋਗਣਾ ਪਿਆ ਕਿੰਨਾ ਹਾਲਾਤਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਆਏ ਕਿਵੇਂ ਇੱਥੇ ਆਪਣੇ ਆਪ ਨੂੰ ਅੱਗੇ ਸਥਾਪਿਤ ਕੀਤਾ ਬਾਪੂ ਜੀ ਅਜੀਤ ਵੈਬ ਟੀਵੀ ਵੱਲੋਂ ਤੁਹਾਡਾ ਸਵਾਗਤ ਕਰਦੇ ਆ ਜੀ ਅੱਛਾ ਜੀ ਇਹ ਬਾਪੂ ਜੀ ਪਾਕਿਸਤਾਨ ਦੇ ਵਿੱਚ ਤੁਹਾਡਾ ਪਿੰਡ ਕਿਹੜਾ ਸੀ ਪਿੰਡ ਸਾਡਾ ਜੀ ਨੱਥੋਕੇ ਇਹ ਜ਼ਿਲ੍ਹਾ ਕਿਹੜਾ ਸੀ ਤਹਿਸੀਲ ਕਿਹੜੀ ਸੀ ਜ਼ਿਲ੍ਹਾ ਆਪਣਾ ਹੈਗਾ ਸੀ ਲਾਹੌਰ ਅੱਛਾ ਤਹਿਸੀਲ ਦਾ ਨਹੀਂ ਪਤਾ ਮੈਂ ਝੂਠ ਮਾਰਾਂ ਤੇ ਤੁਹਾਡੀ ਉਦੋਂ ਉਮਰ ਕਿੰਨੀ ਸੀ 18 18 ਬਰਕੀ 18 ਬਰਕੀ ਸੀ ਤੇ ਤੁਹਾਡੀ ਉਮਰ ਕਿੰਨੀ ਹੁੰਦੀ ਸੀ 47 ਦੇ ਵਿੱਚ ਹੋ ਜੀ ਜਾਂ 10 ਦੇ ਜਾਂ 12 ਦੇ ਠੀਕ ਹੈ ਤੁਹਾਡੇ ਪਿਤਾ ਜੀ ਦਾ ਨਾਂ ਕੀ ਸੀ ਮਾਤਾ ਜੀ ਦਾ ਕੀ ਨਾਂ ਸੀ ਬੰਤਾ ਹੋ ਤੇ ਪਿਓ ਦੇ ਨਾਂ ਬੰਤਾ ਹੋ ਹੈ ਮਾਂ ਦੇ ਨਾਂ ਚੰਨ ਕੋਰ ਅੱਛਾ ਤੇ ਬਾਪੂ ਜੀ ਉੱਥੇ ਸਕੂਲ ਹੁੰਦਾ ਸੀ ਤੁਹਾਡੇ ਪਿੰਡ ਦੇ ਵਿੱਚ ਆ ਹੈਗਾ ਇਹ ਸਕੂਲ ਦੇ ਸਕੂਲ ਦੇ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਕੋਈ ਮੌਕੇ ਆ ਜਾਂਦਾ ਸੀ ਬੜਾ ਦੰਗਰਾ ਮਗਰ ਜਿਆਦਾ ਨਿਕਲ ਆਂਦੇ ਤੇ ਕਿੰਨੇ ਭੈਣ ਭਰਾ ਸੀ ਤੁਸੀਂ ਇਹ ਉਦੋਂ ਦੋ ਭਰਾ ਤੁਹਾਡੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਧਰਮਾਂ ਜਾਤਾਂ ਦੇ ਲੋਕ ਵੱਸਦੇ ਸੀ ਮੁਸਲਮਾਨ ਸੀ ਜੱਟ ਸੀ ਹੋਰ ਕਿਹੜੀਆਂ ਹਕਮਾਂ ਧਰਮ ਦੇ ਲੋਕ ਮਜਬੀ ਹਾਂਜੀ ਜਾਂ ਆਪਣੇ ਮੁਸਲਮਾਨ ਸੀ ਜੀ ਜਾਂ ਕੋਈ ਮੈਦੇ ਹੀ ਸੁਨਿਆਰਾ ਵੀ ਹੈਗਾ ਹੈ ਤੇ ਪਿੰਡ ਤੁਹਾਡਾ ਕਿੱਡਾ ਸੀ ਕਿੰਨੀ ਕੁ ਵੱਸੋਂ ਹੋ ਗਈ ਉੱਥੇ ਪਿੰਡਵਾਵਾ ਕੋਈ ਹੋਊ 100 ਕਰੋ ਠੀਕ ਹੈ ਹਾਂ ਤੁਹਾਡਾ ਜਿਹੜੇ ਉਸ ਸਮੇਂ ਜੇ ਵੰਡ ਤੋਂ ਪਹਿਲਾਂ ਜਦੋਂ ਕੋਈ ਵੰਡ ਦੀ ਗੱਲ ਨਹੀਂ ਸੀ ਚੱਲੀ ਜਿਹੜੇ ਉਹ ਪਾਕਿਸਤਾਨ ਵਾਲੇ ਜਿਹੜੇ ਹੁਣ ਪਾਕਿਸਤਾਨ ਬਣ ਗਿਆ ਉੱਥੇ ਜਿਹੜੇ ਰਹਿਣ ਵਾਲੇ ਮੁਸਲਮਾਨ ਵੀਰ ਸੀ ਉਹਨਾਂ ਦਾ ਤੁਹਾਡੇ ਜਿਹੜੇ ਪਰਿਵਾਰਕ ਸਬੰਧ ਕਿਹੋ ਜਿਹੇ ਹੁੰਦੇ ਸੀ ਉਹ ਜੀ ਬੜੇ ਵਧੀਆ ਇੱਕ ਦੂਜੇ ਦੇ ਵਿਆਹ ਸ਼ਾਦੀਆਂ ਜੀ ਕਿੱਥੇ ਹੀ ਬੰਦੇ ਖਲੋਂਦੇ ਸੀ ਹੂੰ अच्छा ਤੁਹਾਡੇ ਉਥੇ ਕੋਈ ਦੋਸਤ ਹੋਣਗੇ ਉਹਨਾਂ ਦੇ ਤੁਹਾਨੂੰ ਨਾਂ ਯਾਦ ਨੇ ਦੋਸਤਾਂ ਦੇ ਨਾਂ ਨਹੀਂ ਯਾਦ ਇੱਕ ਰਮਜ਼ਾਨ ਦਾ ਮੁੰਡਾ ਸੀ ਅੱਛਾ ਜੀ ਇੱਕ ਉਲਦੂ ਦਾ ਮੁੰਡਾ ਸੀ ਉਤੋਂ ਆ ਗਾਂ ਲਈ ਇੱਕ ਤੇ ਉਹ ਘਰ ਟਕਾਲਾ ਨੂੰ ਆਇਨਾ ਇੰਦਾ ਛੋਟਾ ਸੀ ਨਾ ਉਹ ਵੀ ਅੱਛਾ ਜੀ ਤੇ ਉਹ ਚੱਲ ਜਾਣਾ ਤੇ ਮੈਂ ਉਹਨੂੰ ਮਿਲਿਆ ਵੀ ਹੈਗਾ ਜਦੋਂ ਮੈਂ ਪਾਸਪੋਰਟ ਤੇ ਗਿਆ ਨਾ ਮਿਲਿਆ ਵੀ ਉਹਨੂੰ ਮਿਲਿਆ ਦੂਜੇ ਨੂੰ ਹੀ ਆਖਿਆ ਸੀ ਉਹਦੇ ਘਰ ਕਹਿੰਦਾ ਰਮਜ਼ਾਨ ਦੇ ਉਹਦੇ ਮੁੰਡਾ ਹੈ ਉਹਨੂੰ ਆਖਿਆ ਤੁਰ ਮੇਨੂੰ ਘਰ ਆਪਣੇ ਹੀ ਹੋ ਗਿਆ ਉਹਨਾਂ ਕਰ ਤੰਨੇ ਚਾਲ ਤੋਂ ਕਰਾ ਜਦੋਂ ਪਾਸਪੋਰਟ ਤੇ ਜਾਂਦੇ ਆ ਹੂੰ ਹੂੰ ਤੇ ਨਾਲ ਤੁਰ ਪਿਆ ਫਿਰ ਤੇ ਉਹ ਉਹ ਉੱਥੇ ਜਿਹੜਾ ਤੁਹਾਡੇ ਘਰ ਕਿਹੋ ਜਿਹਾ ਹੁੰਦੇ ਸੀ ਘਰ ਜੀ ਤੇ ਥੱਲੇ ਦਿਉੜੀਆਂ ਕੋਠੇ ਇੱਕ ਦਿਉੜੀ ਉੱਤੇ ਚਬਾਰਾ ਹੈ ਤੇ ਕੰਮਕਾਰ ਕੀ ਹੁੰਦਾ ਸੀ ਤੁਹਾਡੇ ਉੱਤੇ ਵੱਡਿਆਂ ਦਾ ਕੰਮ ਵਾਈ ਦਾ ਅੱਛਾ ਵਾਈ ਦਾ ਤੇ ਜਿਹੜੇ ਪਿੰਡ ਦੇ ਵਿੱਚ ਆ ਕੋਈ ਗੁਰਦੁਆਰਾ ਏ ਕੋਈ ਮੰਦਰ ਮਸਜਿਦ ਹੁੰਦੇ ਸੀ ਤੁਹਾਡੇ ਗੁਰਦੁਆਰੇ ਸੀ ਦੋ ਮਸਜਿਦ ਇੱਕ ਮਸਜਿਦ ਸੀ ਅੱਛਾ ਜੀ ਤੇ ਇੱਕ ਗੁਰਦੁਆਰਾ ਤੇ ਤੁਹਾਡੇ ਪਿੰਡ ਦੇ ਲਾਗੇ ਹੋਰ ਕਿਹੜੇ ਪਿੰਡ ਸੀ ਤੁਹਾਨੂੰ ਕੋਈ ਯਾਦ ਹੋਵੇ ਪਿੰਡਾਂ ਦੇ ਨਾਮ ਛਾਪਾ ਹੈ ਜੀ ਤਖੀਪੁਰ ਸੀ ਹੂੰ ਹੂੰ ਤੇ ਮਨਿਆਲਾ ਹੈ ਹੂੰ ਮਨਿਆਲੇ ਦੀ ਹੱਦ ਤੇ ਸਾਡੇ ਜਿਹੜੀ ਵਿੱਚ ਇੱਕੋ ਹੀ ਜਗ੍ਹਾ ਦੀਆਂ ਮੌੜਿਆਂ ਦੀ ਹੋਵੇ ਹੂੰ ਹੂੰ ਤੇ ਉਹ ਇਕੱਠੇ ਪਾਣੀ ਨਹਿਰ ਪੈਂਦੀ ਹੈ ਤਰਾ ਅੱਛਾ ਤੇ ਜਿਹੜਾ ਤੁਹਾਡੇ ਜਦੋਂ ਤੁਸੀਂ ਪਿੰਡ ਦੇ ਵਿੱਚ ਉੱਥੇ ਰਹਿੰਦੇ ਸੀ ਉਦੋਂ ਬਚਪਨ ਦੇ ਵਿੱਚ ਜਿਵੇਂ ਲਾਲੋ ਤੁਸੀਂ ਕਹਿ ਰਹੇ 10 12 ਸਾਲ ਉਮਰ ਹੁੰਦੀ ਸੀ ਤੇ ਉਸ ਸਮੇਂ ਤੁਹਾਡੀਆਂ ਜਿਹੜੀਆਂ ਬਚਪਨੀਆਂ ਕਿਹੜੀਆਂ ਖੇਡਾਂ ਹੁੰਦੀਆਂ ਸੀ ਖੇਡਾ ਇਹੋ ਗੁੱਲੀ ਡੰਡੇ ਜਾਂ ਕਿਤੇ ਉਹ ਤਰ੍ਹਾਂ ਭਜਣਾ ਨੱਚਣਾ ਹੀ ਜਾਂ ਕੋਲਣਾ ਕਿਹਨੇ ਕੀ ਨਾ ਕੀ ਤੇ ਇੱਕ ਦੂਜੇ ਡੰਗਰ ਚ ਆਣ ਜਾਣਾ ਡੰਗਰ ਰੱਖ ਹੁੰਦੀ ਸਾਡੇ ਬਾਵਾ ਅੱਛਾ ਜੀ ਰੱਖਦੇ ਵਿੱਚ ਡੰਗਰ ਉਹਨੂੰ ਪੈਸੇ ਦੇਣੇ ਮਹੀਨੇ ਦਾ 1 ਰੁਪਿਆ ਇੱਕ ਡੰਗਰ ਦਾ 8-9 ਡੰਗਰ ਦੇ ਦੇਣੇ ਆ ਹੂੰ ਤੇ ਉਹ ਡੰਗਰ ਰੱਖ ਚ ਚਾਰ ਕਿਲੇ ਹੋਣੇ ਆ ਅੱਛਾ ਜੀ ਤੇ ਫੇਸ ਜੇਨੋ ਦਾ ਪਿਆਜ ਇਹ ਪ੍ਰੋਗਰਾਮ ਇਹ ਹੋਇਆ ਤੇ ਫਿਰ ਡੰਗਰ ਕਿਨੇ ਚਾਦਨੇ ਸੀ ਡੰਗਰ ਲਿਆਂਦੇ ਪਹਿਲੋਂ ਇੱਕ ਬੰਦਾ ਗਿਆ ਤੇ ਉਹਨੇ ਨਾਲ ਆਖਿਆ ਭਾਜੋ ਗੰਦਾਸੀਏ ਪੈ ਗਏ ਜੇ ਤੇ ਡੰਗਰ ਕੱਲ ਉਹਦਾ ਖਚੋ ਡੰਗਰ ਪਿੰਡ ਲੈ ਆਂਦੇ ਘੇਰ ਕੇ ਆਂਦੇ ਤੇ ਉਹਨੇ ਭੱਜਣਾ ਸੀ ਤੇ ਚੱਲ ਜਾਣਾ ਆਪਾਂ ਸਾਡੇ ਦਾਦੇ ਨੇ ਫੇਰ ਕੀ ਕੀਤਾ ਵੀ ਡੰਗਰ ਲੈ ਜੋਂ ਨੇ ਇਹਨੂੰ ਜਾਣਾ ਕਿੱਥੇ ਆ ਅੱਛਾ ਉਹ ਫਿਰ ਡੰਗਰ ਫੇਰ ਕੋ ਲਾਤੇ ਨੇ ਇਹਨੂੰ ਦਿਨ ਦੁਬੇ ਕਾਰਾ ਹੁੰਦਾ ਹੈ ਆ ਹੂੰ ਤੇ ਉਹਦਾ ਸਾਦਾ ਤੇ ਕੋਲੀ ਪਜਾਈਆ ਤੇ ਡੰਗਰ ਛੱਡ ਕੇ ਆ ਜਾਓ ਭਜਿਓ ਹੂੰ ਐ ਸਾਨੂੰ ਭੱਜ ਕੇ ਇਹਨੂੰ ਸੋਝੜਾ ਮਰ ਗਿਆ ਹੂੰ ਇਹਨੂੰ ਇਹਨੂੰ ਮਗਧ ਬਾੜਿਆ ਮੈਨੂੰ ਅੱਗੇ ਬਾੜਿਆ ਕੋਲੀ ਬਾਗਾਂ 'ਚ ਛੱਡ ਆਇਆ ਉੱਥੇ ਸਾਦਾ ਚਾਚਾ ਹੀ ਮੁੜ ਕੇ ਜਾ ਕੇ ਡੰਗਰ ਛੱਪਰ 'ਚੋਂ ਕੱਢੇ ਤੇ ਦੋ ਮੁਸਲਮਾਨ ਛੱਬਰ ਸਿੰਘਾਂ ਇਹ ਲਈ ਕੇ ਖਲੋਤੇ ਪਰ ਉਹਨਾਂ ਦਾ ਹੀ ਆ ਨਹੀਂ ਪਿਆ ਮਾਰਨ ਦਾ ਹੂੰ ਤੇ ਫੇਰੇ ਡੰਗਰ ਵੀ ਕੱਢ ਕੇ ਲਾਇਆ ਹੋਰ ਕੱਖ ਨਹੀਂ ਆਂਦਾ ਪੰਨਾ ਬਨ ਕੇ ਲੋਕਾਂ ਦੇ ਘਰਾਂ 'ਚ ਰਸਤੀਆਂ ਵਿੱਚ ਲੈ ਜਾਣਗੇ ਤੇ ਲੈ ਆਂਦਾ ਕੁਝ ਨਹੀਂ ਇੱਕ ਗਲਵਾ ਆਂਦਾ ਅੱਛਾ ਡੰਗਰ ਡੰਗਰ ਤੇ ਹੋਣਾ ਹੈ ਹਾਂ ਹੋਰ ਕੋਈ ਮਤਲਬ ਅਚਾਨਕ ਹੀ ਜਿਹੜਾ ਵਾ ਤੁਹਾਨੂੰ ਚਿਤ ਖਿਆਲ ਵੀ ਨਹੀਂ ਸੀ ਇਹ ਵੰਡ ਹੋਣ ਦਾ ਹਾਂ ਜਾਂ ਸਵੇਰੇ ਸਵੇਰੇ ਇੱਕ ਸਨਿਆਰਾ ਦਰਿਆ ਉਹਨੂੰ ਬੰਦੇ ਇਕੱਠੇ ਹੋਏ ਹੁੰਦੇ ਨੇ ਜਦੋਂ ਉਹਦੇ ਜੇ ਕੰਮ ਹੋਵੇ ਤੇ ਉਹ ਆਂਦੇ ਨੇ ਵੀ ਕਿ ਤੂੰ ਕਿਧਰ ਖੇਲ ਲਗਾ ਲੋਕਾਂ ਨੂੰ ਵਗਾ ਦੇ ਕਿਧਰ ਚੱਲਿਆ ਉਹਦਾ ਛੈਗਲ ਫੜ ਕੇ ਛੈਗਲ ਉਹਦੇ ਕੋਈ ਹੋਰ ਕਿਸੇ ਕੋ ਨਹੀਂ ਛੈਗਲ ਅੱਛਾ ਜੀ ਤੇ ਉਹਨੂੰ ਆਂਦੇ ਚਾਲ ਮੋੜ ਕਰਨ ਨੂੰ ਕਰਨ ਨੂੰ ਮੋੜ ਕਹੀਂ ਨੂੰ ਜਾਨ ਨਹੀਂ ਦੇਣਾ ਦੇਖ ਲੈ ਤੇ ਕਾਲਾ ਪਈਆ ਸਾਰਾ ਪੈਂਡਿਤ ਹੋ ਗਿਆ ਉਹਨੂੰ ਵਾਪਸ ਮੋੜਨ ਵਾਲੇ ਕੋਣ ਤੇ ਬੰਦੇ ਸਾਡੇ ਜਿਹੇ ਸਾਰੇ ਜਿਹੜੇ ਇਕੱਠੇ ਹੋਏ 19 15 ਹਾਂ ਉਹ ਮੁੜ ਕੇ ਤੁਰ ਪਏ ਤੇ ਸਾਡੇ ਇੱਕ ਰਹਿ ਗਿਆ ਆ ਮੈਂ ਤਰਖਾਨ ਸਿੰਘ ਸੀ ਉਹ ਰਹਿ ਗਿਆ ਉਹਨੂੰ ਮੁਸਲਮਾਨ ਲੱਗੇ ਮਾਰਨਾ ਉਹ ਰਮਜਾਨ ਦਾ ਘਰ ਤੇ ਸਾਡੇ ਪਿਓ ਦਾ ਵੀ ਯਾਰ ਸੈਦ ਮਜਾਨ ਹੂੰ ਉਧਰ ਚਲੇ ਗਿਆ ਤੇ ਮਗਰ ਉਹਨੇ ਕੀਤਾ ਉਹਨੂੰ ਪਤਾ ਲੱਗ ਗਿਆ ਉਹਦੀ ਕਤਦੀ ਨੂੰ ਪੇ ਨੂੰ ਮਾਰਨ ਆਏ ਨੇ ਉਹਨੇ ਪੇਟੀ ਉਵਾੜ ਕੇ ਤੇ ਉਹਨੇ ਬਾਹਰ ਉਹਨੇ ਜੰਦਰਾ ਮਾਰ ਦਾਂਦੀ ਮੈਨੂੰ ਹਾਰ ਕੇ ਆਂਦੀ ਆਇਆ ਤੁਹਾਡੇ ਲੈ ਉਹ ਆਂਦੀ ਮੈਨੂੰ ਕਹਾਂਂਦੀ ਸੋਝ ਮੇਰੇ ਲੈ ਆਇਆ ਹੋਵੇ ਹੂੰ ਜਿਹਦੇ ਚਲੇ ਗਿਆ ਤੇ ਨਹੀਂ ਲੱਭਾ ਫੇਰ ਉਹ ਦੂਜਾ ਉੱਤਲੇ ਗਏ ਨੇ ਤੇ ਬੰਦੇ ਤੇ ਰਾਤ ਨੂੰ ਫਿਰ ਉਹਨੂੰ ਕੱਢ ਕੇ ਦੇ ਹਿੰਦੁਸਤਾਨ ਚ ਛੱਡ ਗਏ। ਅੱਛਾ। ਹਾਂ। ਇਹ ਜਦੋਂ ਤੁਸੀਂ ਉੱਥੋਂ ਫਿਰ ਤੁਰੇ ਹੋ। ਤੁਸੀਂ ਦੱਸਿਆ ਵੀ ਕੋਈ ਸਮਾਨ ਜਿਹੜਾ ਵਾ ਉਹ ਖਾਸ ਨਹੀਂ ਲੈ ਕੇ ਤੁਰੇ। ਕੋਈ ਨਹੀਂ ਜੀ 15 ਬੰਨ ਕੇ ਲੱਕੇ। ਤੇ ਤੁਹਾਡੇ ਜਦੋਂ ਤੁਸੀਂ ਉੱਥੋਂ ਆਏ ਜੇ ਤੁਹਾਡਾ ਫਿਰ ਕਾਫਲਾ ਆਇਆ ਜਾਂ ਕਿੰਨੇ ਕੁ ਲੋਕ ਵੀ ਤੁਸੀਂ ਜਿਵੇਂ ਉੱਥੋਂ ਕੱਲਾ-ਕੱਲਾ ਹੀ ਆਏ ਨੇ ਡੰਗਰ ਹੀ ਲੈ ਕੇ ਆਇਆ ਤੇ ਸਾਡੇ ਪਹਿਲੇ ਆ ਗਏ ਘੋੜੀ ਦੇ ਸਾਡੀ ਦਾਦੀ ਤੇ ਹੀ ਘੋੜੀ ਦੇ ਪਹਿਲੋਂ ਆ ਗਏ ਰਾਜੇਤਾਲ। ਰਸਤੇ ਦੇ ਵਿੱਚ ਕੋਈ ਤੁਹਾਡੇ ਤੇ ਹਮਲਾ ਹੋਇਆ ਹੋਵੇ ਨਾ ਕੋਈ ਨਹੀਂ ਹੋਇਆ ਇੱਕ ਜਾ ਹੀ ਫਿਰਦਾ ਸੀ ਸਾਦਾ ਚਾਚਾ ਆਂਦਾ ਹੈ ਵੀ ਤੁਸੀਂ ਕੱਲਾ ਕੱਲਾ ਹੋ ਜਾਓ ਤਾਂ ਪਤਾ ਕੋਈ ਨਹੀਂ ਬੰਬ ਸੁੱਟਦੇ ਇਹ ਜਦੋਂ ਤੁਸੀਂ ਉੱਥੋਂ ਆਪਣੇ ਘਰਬਾਰ ਛੱਡ ਕੇ ਤੁਰ ਲੱਗੇ ਹੋ ਜਿਹੜੇ ਤੁਹਾਡੇ ਪਿੰਡ ਦੇ ਮੁਸਲਮਾਨ ਸੀ ਤੁਹਾਨੂੰ ਜਾਣਨ ਵਾਲੇ ਉਹਨਾਂ ਦਾ ਕਿਹੋ ਜਿਹਾ ਤੁਹਾਡੇ ਨਾਲ ਵਤੀਰਾ ਸੀ ਕੋਈ ਨਫ਼ਰਤ ਭਰਿਆ ਸੀ ਜਾਂ ਉਹਨਾਂ ਤੁਹਾਡਾ ਕਿਸੇ ਕਿਸਮ ਦਾ ਸਹਿਯੋਗ ਕੀਤਾ ਉਸ ਸਮੇਂ ਨਾ ਉਸ ਟਾਈਮ ਤੇ ਉਹਨਾਂ ਨੇ ਕੀਤਾ ਹਾਂਜੀ ਬਾਕੀ ਆਪੋ ਆਪਣੀ ਜਾਨ ਲੈ ਕੇ ਤੁਰ ਪੇ ਡੰਗਰ ਦੋਂਗੇ ਡੰਗਰ ਠੀਕ ਲੈ ਲੈਂਦੇ ਆ ਹੂੰ ਤੇ ਬਾਕੀ ਆ ਗਏ ਸਿੱਧੇ ਰਾਜਧਾਨੀ ਨੂੰ ਆਏ ਤੇ ਉਹ ਜਿਹੜਾ ਤੁਹਾਡਾ ਉਥੇ ਸਮਾਨ ਸੀ ਤੁਸੀਂ ਬਣ ਕੇ ਉਹ ਆਪਣੇ ਘਰੇ ਰੱਖਾਇਆ ਕਿ ਜਾਨ ਲਾਗੇ ਕਿਸੇ ਨੇ ਦੀ ਲਾਗੇ ਆਪਣਾ ਹੈਗਾ ਸਰਾਜ ਲਵਾ ਰਹੇ ਉਹਦੇ ਲੈ ਰੱਖਾਇਆ ਅੱਛਾ ਸਾਡੇ ਚਾਚੇ ਦੇ ਸਾਡੇ ਤਾਏ ਦੇ ਸੱਤ ਸੰਦੂਕ ਸੀ ਘਰ ਅੱਛਾ ਉਹ ਨਵੇਂ ਪਿੰਡ ਚਲੇ ਗਏ ਤੇ ਉਹ ਤੁਹਾਡੇ ਕੀ ਮੰਦੇ ਵਿੱਚ ਹੈਗਾ ਸੀ ਵੀ ਅਸੀਂ ਵਾਪਸ ਆਵਾਂਗੇ ਲੈਣ ਵਾਸਤੇ ਵਾਪਸ ਵੀ ਆ ਭਲਕੇ ਲੈ ਜਾਾਂਗੇ ਆਣ ਕੇ ਅੱਛਾ ਫੇਰ ਕਿਸੇ ਦੀ ਆਵਾਜ਼ ਨਹੀਂ ਰਹੀ ਵੱਡ ਫੱਟ ਅੱਛਾ ਮੁੜ ਕੇ ਦੁਬਾਰਾ ਜਾਣ ਦਾ ਮੌਕਾ ਨਹੀਂ ਮਿਲਿਆ ਉਹ ਪਿੰਡਾਂ 'ਚ ਜਿਹੜੇ ਹਨੇਰਾ ਹੋਇਆ ਨਾ ਇਤਾਂ ਦਿਨ ਦੰਦਿਆ ਹਨੇਰਾ ਹੋ ਗਿਆ ਅੱਛਾ ਤੇ ਅੱਗਾ ਦਾਤੇਗਾ ਉਹਨਾਂ ਚ ਵਾਰਿਆਂ ਲੋਕਾਂ ਦੇ ਤਖੀਰ ਵੀ ਲੱਗ ਗਈ ਛਾਪੇ ਵੀ ਲੱਗ ਗਈ ਸਾਡੇ ਪਿੰਡ ਨਹੀਂ ਹਲੇ ਲੱਗੀ ਹੂੰ ਤੇ ਇਸ ਤਰ੍ਹਾਂ ਕਰਕੇ ਫੇਰ ਸਾਡਾ ਚਾਚਾ ਵੀ ਨਾਲ ਸੀ ਉਹ ਆਖਣ ਲੱਗਾ ਤਰੇ ਉਹ ਕੁੜੀ ਤੇ ਉਹਨੇ ਬਾੜਿਆ ਸਾਨੂੰ ਹੂੰ ਤੇ ਰਾਜ ਫੇਰ ਦੰਗਰ ਆਖਣ ਲੱਗੇ ਪਲਾਣੇ ਦੇ ਡੰਗਰ ਜੇ ਕਿਸੇ ਵੇਖਿਓ ਡੰਗਰ ਨਾ ਕਿਤੇ ਕੇ ਆਉਂਦੇ ਹਾਂ ਹਾਂ ਬੋਲ ਜੀ ਰਸਤੇ ਦੇ ਵਿੱਚ ਜਦੋਂ ਤੁਸੀਂ ਆ ਰਹੇ ਸੀ ਤੁਹਾਡੇ ਕੋਲ ਤੁਰਕੇ ਆਉਣਾ ਪਿਆ ਜਾਂ ਗੱਡਾ ਸੀ ਘੋੜੇ ਸੀ ਕੀ ਸੀ ਤੁਹਾਡੇ ਨਹੀਂ ਜੀ ਕੋਈ ਘੋੜੇ ਨਹੀਂ ਨਾ ਕੋ ਗੱਡ ਸੀ ਅੱਛਾ ਬਸ ਘੋੜੀ ਇੱਕ ਸਿਰਫ ਤੇ ਉਹ ਡੰਗਰ ਸਾਡੇ ਪਿਓ ਨੇ ਕੀ ਆਉਂਦਾ ਸੀ ਤੇ ਹੋਰ ਕੋਈ ਛੇ ਨਹੀਂ ਤਹਾਡੇ ਕਿਸੇ ਪਰਿਵਾਰ ਦੇ ਜੀ ਦਾ ਉਥੇ ਨੁਕਸਾਨ ਹੋਇਆ ਹੋਵੇ ਜਾਂ ਸਾਰਾ ਠੀਕ ਠਾਕ ਰਹੇ ਸਾਡੇ ਪਰਿਵਾਰ ਦਾ ਨੇ ਇੱਕ ਬੰਦਾ ਰਹਿ ਗਿਆ ਸਾਡੇ ਪਿੰਡ ਦਾ ਉਹ ਪਤਾ ਨਹੀਂ ਕਿਉਂ ਬੈਠਾ ਰਿਹਾ ਜਦੋਂ ਕੋਈ ਇਧਰੋਂ ਮੁਸਲਮਾਨ ਗਿਆ ਉਹਦਾ ਪਰਾ ਮਾਰਿਆ ਸੀ ਕਿਸ ਨੇ ਉਹ ਆਂਦਾ ਸਿੱਖ ਇੱਥੇ ਬੈਠਾ ਆਂਦੇ ਆਹੋ ਉਹਨੇ ਮਾਰ ਕੇ ਬਰਸੀ ਨੂੰ ਮਾਰਤਾ ਅੱਛਾ ਉਹ ਗਪਾਲ ਕਾ ਤੇ ਉਹੀ ਵਾਲੇ ਨਾਂ ਦਾ ਮੈਨੂੰ ਮੈਦੂ ਹੀ ਨਹੀਂ ਇਹੋ ਜਿਹਾ ਨਾਂ ਹੈ ਉਹਦੇ ਤੇਰੇ ਹੂੰ ਹੂੰ ਉਹਨੂੰ ਉਹ ਇੱਕ ਮਰਿਆ ਸਾਡੇ ਪਿੰਡ ਦਾ ਅੱਛਾ ਆ ਇਹ ਰਸਤੇ ਦੇ ਵਿੱਚ ਆਉਂਦਿਆ ਕਿਹੋ ਜੀ ਕੋਈ ਮੁਸ਼ਕਲਤਾ ਅਨਵਾਈ ਸਮੱਸਿਆ ਕੋਈ ਦੁੱਖ ਤਕਲੀਫ ਨਹੀਂ ਰਾਹ ਹੀ ਫਿਰ ਕੋਈ ਨਹੀਂ ਆਈ ਸਾਰਾ ਪੰਜ ਆਦ ਮਿਲਦਾ ਹੈਗਾ ਉਥੋਂ ਰਾਜੇਤਾਲ ਪੰਜ 6 6 ਮੀਲ ਉਹ ਜਾਂ ਪੰਜੂ ਅੱਛਾ ਹਾਂ ਰਾਜੇਤਾਲ ਆ ਗਿਆ ਤੁਸੀਂ ਆਪੇ ਹੀ ਉਥੋਂ ਆ ਗਏ ਜਾਂ ਤੁਹਾਡੀ ਸੁਰੱਖਿਆ ਵਾਸਤੇ ਕੋਈ ਹਥਿਆਰ ਸੀ ਜਾਂ ਕੋਈ ਫੋਰਸ ਪੁਲਿਸ ਕੁਝ ਕੋਈ ਹੈ ਨਹੀਂ ਸਾਡੇ ਕੋ ਨਾ ਕੋਈ ਪੁਲਿਸ ਨਾ ਕੋਈ ਹੈ ਨਹੀਂ ਅੱਛਾ ਹਾਂ ਇਸ ਤਰ੍ਹਾਂ ਤੇ ਨਹੀਂ ਤੁਸੀਂ ਫਿਰ ਪਿੰਡੇ ਹੀ ਲੋਕ ਸੀ ਕਿ ਜਾਂ ਆਪਣੇ ਪਰਿਵਾਰ ਹੀ ਆਏ ਸੀ ਆਪਣਾ ਪਰਿਵਾਰ ਇਕੱਲਾ ਇਕੱਲਾ ਜਿਹੜਾ ਭਾਜਾ ਜਿਹਦੇ ਕੋ ਕੋਈ ਗੱਡਾ ਸੀ ਉਹਨੇ ਸਮਾਨ ਲੈ ਜਾਂਦਾ ਅੱਛਾ ਜਿਹਦੇ ਕੋ ਸਾਡੇ ਰਿਹਾ ਕੋ ਨਹੀਂ ਹਾਂ ਹਾਨੇ ਸਮਾਨ ਕਿਸੇ ਦੇ ਘਰ ਰੱਖਦਾ ਪੰਨਾ ਬਣ ਕੇ ਇਹ ਕਿੰਨੇ ਚਿਰ ਦੇ ਵਿੱਚ ਤੁਸੀਂ ਫਿਰ ਇੱਧਰ ਆ ਗਏ ਸੀ ਆ ਗਏ ਹੋਆਂ ਕਿ ਘੰਟੇ ਦੋ ਘੰਟਿਆਂ ਜਾਂ 2 ਤੋਂ 2 ਘੰਟੇ ਹਾਂ ਅੱਛਾ ਸਾਡੇ ਚਾਚੇ ਇਹਦੇ ਤਿੰਨ ਵਿਆਹ ਹੋਇਆ ਸੀ ਉਦੋਂ ਕੋਈ ਕਿ ਦੋ ਤਿੰਨ ਹੂੰ ਉਹਦਾ ਸਮਾਨ ਬੜਾ ਸੀ ਉਹਦੇ ਤਿੰਨ ਸੰਦੂਕ ਸੀ ਉਹਦੇ ਹੀ ਉਹ ਨਵੇਂ ਪਿੰਡ ਵਾਲੇ ਲੈ ਕੇ ਲਾਦ ਕੇ ਗੱਡਿਆਂ ਦੇ ਭਈ ਮਗਰੋਂ ਖਰ ਤੋਂ ਕਿਤੇ ਅੱਛਾ ਜੀ ਕੋਈ ਖਾਇ ਨਹੀਂ ਤੇ ਫੇਰ ਤੁਸੀਂ ਕਿੱਥੇ ਕਿਹੜੇ ਬਾਰਡਰ ਤੋਂ ਕਰੌਸ ਕਰੌਸ ਕੀਤਾ ਕੇ ਇਹ ਜੀ ਰਾਜੇਤਾਲ ਲੈ ਲੋ ਹਾਂ ਰਾਜੇਤਾਲ ਤੋਂ ਬਾਅਦ ਫਿਰ ਤੁਹਾਨੂੰ ਜ਼ਮੀਨ ਜਾਂ ਘਰ ਕਿੱਥੇ ਲਾੜਾ ਕਿੱਥੇ ਪਹੁੰਚੇ ਤੁਸੀਂ ਸਾਨੂੰ ਵਾਹ ਵਾਹ ਫਿਰ ਅਸੀਂ ਨਗਰ ਰਹੇ ਵਾਹ ਵਾਹ 10 12 ਦਿਨ ਰਾਜੇਤਾਲੋਂ ਜਾਏ ਅੰਦਗਾਂ ਗਏ ਨਗਰ ਹੋ ਲਈ ਕੇ 5-7 ਰੋਟੀਆਂ ਦੋ ਬੰਦਿਆਂ ਨੂੰ ਖਲਾ ਦੇਣਾ ਉਹਨਾਂ ਰੋਟੀਆਂ ਗੁਰਦੁਆਰੇ ਜੇ ਲੈ ਆਉਣੀਆਂ ਤੇ ਕਿਸੇ ਨੂੰ ਇੱਕ ਆ ਜਣੀ ਕਿਸੇ ਨੂੰ ਦੋ ਡੰਗਰ ਜਿਹੜੇ ਮਹੀਂ ਚੋਣ ਵਾਲੀਆਂ ਹੀ ਉਗ ਜੇ ਗੜਵਾ ਵੇਖਿਆ ਤਾਂ ਮਗਰ ਮਹੀਂ ਨੇ ਪੱਜੀਆਂ ਫਿਰ ਨਾਲ ਸਾਨੂੰ ਚੋਣ ਤੇ ਚੋਣਾ ਕਿਸੇ ਕਿਸ ਦੁੱਧ ਕੀ ਨਾ ਹੋਵੇ ਦੁੱਧ ਲੈਂਦਾ ਹੈ ਨਾ ਵਧੇਂਦਾ ਹੈ ਪੀ ਕੇ ਨੰਗ ਲੈਣਾ ਹੈ ਅੱਛਾ ਜਦੋਂ ਤੁਸੀਂ ਉਧਰੋਂ ਆਏ ਜੇ ਸਾਰਾ ਕੁਝ ਲਟਾ ਗਏ ਸਮਝ ਲੋ ਆ ਗਏ ਘਰ ਬਰ ਛੱਡਨੇ ਪਏ ਇੱਥੇ ਫਿਰ ਸਰਕਾਰ ਨੇ ਕਿਸੇ ਕਿਸਮ ਦੀ ਤੁਹਾਡੀ ਮਦਦ ਕੀਤੀ ਸਾਨੂੰ ਉਹ ਹੀ ਪਹਿਲੀਆਂ ਆਣ ਕੇ ਜਿੱਥੇ ਆਏ ਨਾ ਸੌੜੀਆਂ ਫਿਰ ਜਦੋਂ ਅਸੀਂ ਆਏ ਆ ਮਿਰਚਾਂ ਮਿਰਚਾਂ ਚੋਕ ਕੇ ਹੋਗੇ ਜ਼ਿਆਦਾ ਕਰਨਾ ਸਾਰੇ ਪਿੰਨੇ ਇਕੱਠੇ ਮਿਰਚਾਂ ਚੋਕ ਦੇਣੀਆਂ ਕੁਵੰਦ ਲੈਣੀਆਂ ਇਸ ਤਰ੍ਹਾਂ ਦਾ ਸਾਫ ਹੋ ਜਾਂਦਾ ਹੈ ਇਹ ਕਿੰਨੀ ਕਿ ਜ਼ਮੀਨ ਤੁਹਾਨੂੰ ਅਲਾਟ ਹੋਈ ਇੱਥੇ ਸਾਨੂੰ ਪੰਜੀ ਪੰਜੀ ਵਿਗੈ ਹੋਈ ਅੱਛਾ ਹਾਂ ਥਾਂ ਦਾ ਜ਼ਿਆਦਾ ਹਿੱਸਾ 200 ਵਿੱਚੋ ਕਾਟ ਹੋ ਗਈ ਤੇ ਉਹ ਉੱਥੇ ਕਿ ਨਾ ਥਾਂ ਹੁੰਦਾ ਸੀ ਤੁਹਾਡਾ 200 ਹੋਵੇਗਾ ਉੱਥੇ 200 ਵਿਗਾ ਸੀ ਤੇ ਇੱਥੇ ਕਾਟ ਹੋ ਗਈ ਅੱਛਾ ਇੱਥੇ ਗਿਣ ਲੋ ਸਾਨੂੰ ਤਿੰਨਾ ਭਰਾਵਾਂ ਜੋ ਗਿਣ ਲੋ ਪੰਜੀ ਪੰਜੀ ਆਈ ਪੰਜੀ ਪੰਜੀ ਕਿੰਨ ਮਤਲਬ ਇਹ ਚਲੋ ਤੁਸੀਂ ਉਥੇ 200 ਵਿਗਾੜ ਛੱਡ ਕੇ ਆਏ ਤੇ ਇੱਥੇ ਤੁਹਾਨੂੰ ਪੰਜੀ ਪੰਜੀ ਵਿਗੇ ਜਿਹੜੀ ਅਲਾਰਟ ਹੋ ਗਈ ਇਸ ਤੋਂ ਇਲਾਵਾ ਸਰਕਾਰ ਨੇ ਕਿਸੇ ਕਿਸਮ ਦੀ ਮਦਦ ਕੀਤੀ ਤੁਹਾਡੀ ਕੋਈ ਕੋਈ ਨਹੀਂ ਮਦਦ ਕੀਤੀ ਕੋਈ ਐਵੇਂ ਮਾੜਾ ਮੋਟਾ ਕਹੇ ਨੇ ਕੁਝ ਦੇਤਾ ਹੋ ਗਈ ਸੌੜੀਆਂ ਆਏ ਤੇ ਕਿਸੇ ਨੇ ਉਹ ਹੀ ਗਵਰਨਮੈਂਟ ਦਾ ਜਿਹੜਾ ਰਹਿ ਗਏ ਨਾ ਮੁਸਲਮਾਨ ਉਹਨਾਂ ਦੀ ਕਿਸੇ ਨੇ ਰਜ਼ਾਈ ਦੇਤੀ ਕਿਸੇ ਨੂੰ ਕੁਝ ਨਹੀਂ ਹੋ ਰਿਹਾ ਇਹ ਘਰ ਛੱਡਣਾ ਬੜਾ ਔਖਾ ਹੁੰਦਾ ਤੁਸੀਂ ਆਪਣੇ ਘਰ ਛੱਡ ਕੇ ਤੇ ਦੁਬਾਰਾ ਘਰ ਜਦੋਂ ਬਸਾਉਣਾ ਹੋਵੇ ਉਹ ਬੰਦੇ ਨੂੰ ਬੜੀ ਮਿਹਨਤ ਕਰਨੀ ਪੈਂਦੀ ਆ ਕੀ ਇੱਕ ਤੁਹਾਨੂੰ ਆਗੇ ਕਰਨਾ ਪਿਆ ਆਪਣਾ ਦੁਬਾਰਾ ਘਰ ਬਸਾਉਣ ਵਾਸਤੇ ਰਾਜਵਰ ਅਸੀਂ ਰਹੇ ਆ ਤੇ ਇੱਥੇ ਦੇ ਮੁੜ ਕੇ ਉਹ ਤਾਂ ਦੱਸਿਆ ਮਾੜੀ ਮੋਟੀ ਵਾਈ ਕਰਨੀ ਬਾਬੇ ਸਾਡੇ ਪਿਓ ਨੇ ਕਰ ਕੇ ਫੇ ਉਹ ਹੀ ਕਮਾਈ ਕਰਕੇ ਖਾਣੀ ਖੂਣੀ ਕੋਮ ਕਈ ਬੀਜ ਲਾ ਕੋਈ ਮਿਰਚਾਂ ਲਾ ਲਾ ਇਸ ਤਰ੍ਹਾਂ ਕਰਕੇ ਜਿਆਦਾ ਕਰਦੇ ਰਹੇ ਤੇ ਹੁਣ ਆਣ ਕੇ ਪੈਲੀਆਂ ਬਣੀਆਂ ਕੱਲਰ ਸੇ ਸਾਰੇ ਪੈ ਗਿਆ ਅੱਛਾ ਇਹ ਕੱਲਰ ਸੇ ਇਹ ਜਦੋਂ ਤੁਸੀਂ ਹੁਣ ਉੱਥੇ ਆਪਣੇ ਪਿੰਡ ਦੇ ਵਿੱਚ ਜਾਂਦੇ ਜੇ ਉੱਥੇ ਜਿਹੜੇ ਹੁਣ ਪਿੰਡ ਦੇ ਵਿੱਚ ਲੋਕ ਰਹਿਣ ਵਾਲੇ ਨੇ ਉਹ ਨਵੀਂ ਪੀੜੀ ਆ ਜੇ ਤੁਹਾਡੇ ਕੋਈ ਹਾਨੀ ਵੀ ਮਿਲਦੇ ਤੁਹਾਨੂੰ ਮਿਲਦੇ ਹਾਨੀ ਵੀ ਦੋ ਤਿੰਨ ਮਿਲੇ ਨੇ ਅੱਛਾ ਪਰ ਬਾਕੀ ਉਹ ਫੇ 20 20 ਬੰਦੇ 30 30 ਇਕੱਠੇ ਹੋ ਗਏ ਤੇ ਮੇਰੇ ਮਨਾਲ ਤੁਰ ਪੈਂਦੇ ਵਿਚਾੜੋ ਆਹ ਕਰ ਜਾਣਾ ਉਹ ਕਰ ਜਾਣਾ 10 15 ਘਰ ਤਾਂ ਮੈਂ ਜਾਣਦਾ ਹੀ ਹਾਂ ਤੇ ਕਿਵੇਂ ਉਹਨਾਂ ਦਾ ਜਿਹੜਾ ਮਲਾਬ ਤੁਹਾਡੇ ਨਾਲ ਹੁੰਦਾ ਕਿਹੋ ਜਿਹਾ ਹੁੰਦਾ ਉਹ ਜਿਆਦਾ ਕਿ ਉਹਨਾਂ ਜਿਹੜਾ ਹੈ ਨਹੀਂ ਖੁੱਸੂ ਪਦੇ ਦਾ ਘਰ ਗਿਆ ਅਜੇ ਇੱਕ ਉਹ ਐਡੇ ਜਾਂਦੇ ਸੇਵਾ ਕਰਦਾ ਤੇ ਧੰਮਕੀ ਦੱਸਾ ਹਾਂ ਹਾਂ अच्छा ਤੁਸੀਂ ਸਮੇ ਉਹ ਵੀ ਵੇਖੇ ਉਹ ਅੰਗਰੇਜ਼ ਦਾ ਰਾਜ ਸੀ ਹਾਂ 47 ਤੋਂ ਪਹਿਲਾਂ ਉਸ ਤੋਂ ਬਾਅਦ ਤੁਸੀਂ ਆਪਣੇ ਦਾ ਰਾਜ ਵੇਖਿਆ ਹਾਂ ਤੁਹਾਡੇ ਹਿਸਾਬ ਦੇ ਨਾਲ ਸਮੇ ਉਹ ਚੰਗੇ ਹੁੰਦੇ ਸੀ ਕਿ ਇਹ ਚੰਗੇ ਨੇ ਜੇ ਗੜੀਆਂ ਦੇ ਉਹ ਸਮੇ ਚੰਗੇ ਸੀ ਅੰਗਰੇਜ਼ਾਂ ਦਾ ਕੋਈ ਗੱਲ ਨਹੀਂ ਕਿਸੇ ਦੀ ਕੋਈ ਸ਼ੈ ਨਹੀਂ ਸ਼ੇਰ ਦਾ ਤੇ ਹੁਣ ਤਾਂ ਵੇਖ ਲਓ ਕੀ ਬੰਦਿਆ ਤੇ ਕਈ ਕੁਝ ਹੋੰਦਿਆ ਉਹ ਅੱਗੇ ਵਾਲੀ ਗੱਲ ਹੀ ਨਹੀਂ ਹਾਂ ਤੇ ਉਹਦਰ ਅੰਗਰੇਜ਼ਾਂ ਦੇ ਹਿਸਾਬ ਠੀਕ ਸੀ अच्छा हां ਤੁਹਾਡੇ ਦੱਸਣ ਅਨੁਸਾਰ ਜੇ ਵੇਖੀਏ ਤਾਂ ਇਸ ਵਾਲੇ ਤੁਹਾਡੀ ਉਮਰ ਜਿਹੜੀ ਆ ਉਹ 84-85 ਸਾਲ ਬਣਦੀ ਆ ਨਹੀਂ ਹੋ ਗਈ ਆ ਪਰ ਤੁਹਾਡੀ ਸਿਹਤ ਬਹੁਤ ਵਧੀਆ ਤੁਹਾਡੀ ਉਮਰ ਇੰਨੀ ਲੱਗਦੀ ਨਹੀਂ ਆ ਤੁਸੀਂ ਐਂ ਜਾਦੇ ਵੀ 60-65 ਸਾਲ ਉਮਰ ਹੁੰਦੀ ਆ ਹੈ ਤੇ ਤੁਹਾਡੀ ਇਹ ਜਿਹੜੀ ਚੰਗੀ ਸਿਹਤ ਆ ਇਹਦਾ ਕੀ ਰਾਜ ਆ ਤੁਹਾਡੀ ਖਾਣਾ ਕੀ ਆ ਕੀ ਕਰਦੇ ਹੋ ਜਿਹੜੀ ਛਾਇ ਮਿਲ ਜਾਂਦੇ ਹਰ ਇੱਕ ਮਿਲ ਜਾਂਦੇ ਦਹੀਂ ਮਿਲ ਜਾਂਦਾ ਦੁੱਧ ਮਿਲ ਜਾਂਦਾ ਦੁੱਧ ਆਪਾਵੇਂ ਨਾ ਪੀ ਆਖੀ ਦਾ ਚਲਦੇ ਨੇ ਪੀ ਲਾਂਗੇ ਹਰ ਇੱਕ ਛਾਇ ਖਾਣ ਨੂੰ ਤੇ ਰੋਟੀ ਪਾਣੀ अच्छा हल्ला ਆ ਗਿਆ ਲੈ ਫਿਰ ਹੋਰੇ ਵੀ ਆਖੀਏ ਕੋਈ ਗੱਲ ਨਹੀਂ ਤੰਗੀ ਨਹੀਂ ਕੋਈ ਗੱਲ ਦੀ ਇਹਨਾਂ ਨੂੰ ਵੀ ਆ ਵੇਖ ਲੋ ਆਣ ਕੇ ਇੱਥੇ ਹੁਣ ਪਏ ਪਹਿਲਾਂ ਜਦੋਂ ਕੋਠਾ ਪਾਇਆ ਹੀ ਨਹੀਂ ਤੇ ਫਟੀਆਂ ਹੀ ਪਾਈਆਂ ਸੀ ਉਹ ਜਿਹੜੇ ਨਿਕ ਨਿਕ ਫਟੀਆਂ ਜੀ ਹੁੰਦੀਆਂ ਸਾਤੋਂ ਟੈਲਮ ਨਹੀਂ ਪਈਆਂ ਹਮ ਮਤਲਬ ਇੱਕੋ ਆ ਤੇ ਹੁਣ ਵੇਖ ਲੋ ਮਹਾਰਾਜ ਨੇ ਸਭ ਕੋਈ ਹਕਮਾਈ ਕਰਦੇ ਨੇ ਠੀਕ ਹੈ ਥਾਂ ਵੀ ਲੈ ਗਏ ਤਿੰਨ ਚਾਰ ਕਿਲੇ ਤੇ ਉਹ ਉਹ ਜਿਵੇਂ ਹੁਣ ਜਿਹੜਾ ਇਹ ਆਪਣਾ ਪ੍ਰੋਗਰਾਮ ਚੱਲ ਰਿਹਾ ਹਾਂ ਜਿਹੜੇ ਬਜ਼ੁਰਗ ਪਾਕਿਸਤਾਨ ਦੇ ਵਿੱਚੋਂ ਆਏ ਇਧਰ ਹਿੰਦੁਸਤਾਨ ਦੇ ਵਿੱਚ ਹਾਂ ਉਹਨਾਂ ਨਾਲ ਅਸੀਂ ਮੁਲਾਕਾਤਾ ਕਰਦੇ ਹਾਂ ਤੇ ਜਿਹੜੇ ਇਧਰੋਂ ਗਏ ਨੇ ਉਹਨਾਂ ਦੀ ਉਧਰ ਪਾਕਿਸਤਾਨ ਦੇ ਵਿੱਚ ਵੀ ਚੱਲ ਰਹੀਆਂ ਹਾਂ ਹਾਂ ਉਹ ਚੱਲ ਰਹੀਆਂ ਨੇ ਤੁਸੀਂ ਦੱਸਿਆ ਤੁਹਾਡੇ ਕੋਈ ਉੱਥੇ ਹਾਨੀ ਜਿਹੜੇ ਆ ਉਹ ਅਜੇ 1-2 ਬੰਦੇ ਹੈਗੇ ਨੇ ਹੈਗੇ ਹਾਂ ਹਾਂਜੀ ਤੇ ਕੀ ਤੁਸੀਂ ਜਿਵੇਂ ਗੋਹਰਾਂ ਨਸ਼ੋਰ ਹੁੰਦਾ ਹੀ ਉਹ ਅਰਮਜਾਨ ਦਾ ਹੁੰਦਾ ਹੈ ਅੱਛਾ ਗੋਹਰਾਂ ਨਸ਼ੋਰ ਤਾਂ ਮੈਂ ਉਹਦੇ ਲੈ ਗਿਆ ਤੇ ਸਾਜਿਆ ਹੋਇਆ ਤਾਂ ਮੈਂ ਮੈਨੂੰ ਆਦੋਂ ਸਾਡੇ ਘਰ ਤੇ ਚਲੀ ਗਏ ਮੈਂ ਗਾਂਚੋਂ ਨਹੀਂ ਮੈਂ ਫੇਰ ਚੋੜੀ ਆਇਆ ਤਾਂ ਮੈਨੂੰ ਘਰ ਚਲੀ ਗਏ ਤੁਸ ਪਿਆ ਨਾਲ ਉਸੇ ਵੇ ਫੇਰ ਅੱਛਾ ਫੇਰ ਮਦੂਜੀ ਆਦੀ ਵੀ ਉਹਨਾਂ ਦੇ ਘਰ ਗਿਆ ਪੇਰ ਉਹਦੀ ਨਾਉਂ ਦੇ ਨਾ ਉਹਨੇ ਫਿਰ ਦੁੱਧ ਚੱਕ ਭਰ ਕੇ ਲਿਆਂਦਾ ਤਾਂ ਸਾਨੂੰ ਦੁੱਧਾ ਤੇ ਵੀ ਪਿਆਰ ਮਿੱਠਾ ਪਾ ਕੇ ਬਰ ਪਾ ਕੇ ਇਹ ਜਿਹਦੀ ਨਹੀਂ ਕੋ ਗੱਲ ਜੇ ਜਿਹੜਾ ਇਥੋਂ ਦਾ ਖੁਦ ਤੋਂ ਪੁੱਰੇ ਦਾ ਗਿਆ ਜਾਈ ਉਹ ਸਾਡੀ ਬੜੀ ਸੇਵਾ ਕਰਦਾ ਰਿਆ ਇੱਥੇ ਆਇਆ ਉਹਨੂੰ ਘਰ ਮੈਂ ਆਂਦਾ ਪੇਂਡ ਉਹਦਾ ਖਾਇਆ ਫਿਰ ਮੈਂ ਕਿਹਾ ਸੰਨ ਤੇਰੇ ਘਰ ਦਾ ਨਹੀਂ ਪਤਾ ਐਵੇਂ ਆਖੀ ਤੂੰ ਤੇ ਆਪ ਛੋੜਾ ਜਾਂਦੇ ਤੂੰ ਕੀ ਵੇਖਣਾ ਬਾਕੀ ਤੇ ਤੇਰੀ ਉਹਦੀ ਬੰਬੀ ਖਾਤੀ ਹਾਂ ਇਹ ਇਹ ਹੋ ਸਕਦਾ ਵੀ ਇਹ ਜਿਹੜਾ ਸਾਡਾ ਪ੍ਰੋਗਰਾਮ ਆ ਇਹ ਉਧਰ ਵੀ ਵੇਖ ਰਹੇ ਹੋਣ ਵੇਖਣਗੇ ਵੀ ਤੇ ਕੀ ਤੁਸੀਂ ਕਿਸ ਢੰਗ ਦੇ ਨਾਲ ਉਹਨਾਂ ਨੂੰ ਯਾਦ ਕਰ ਰਹੇ ਹੋ ਕੀ ਕੋਈ ਸੰਧਿਆ ਇਸ ਸਨਾਹ ਇਸ ਮਾਧਮ ਦੇ ਰਾਹੀਂ ਦੇਣਾ ਚਾਹੁੰਦੇ ਮੈਂ ਤੇ ਆਣਾ ਵੀ ਮੈਂ ਤਾਂ ਹੁਣ ਵੀ ਜਾਣਾ ਹੈ ਅੱਛਾ ਸਾਡੇ ਰਹਿੰਦੇ ਨਾਲ ਆਪੇ ਜਿਹੜੇ ਨਾ ਸਾਡੇ ਆਦੀ ਸਾਡੇ ਮਾਲਵੇ ਜਿਹੜੇ ਤੇ ਉਹ ਵੀ ਗਾਇ ਹੈ ਕਿ ਹੁਣ ਜਦ ਜਸ ਆ ਗਿਆ ਅੱਛਾ ਉਹ ਮੈਨੂੰ ਲੱਗੀ ਸਾਟ ਆਵੇ ਹਲੀ ਮੇ ਪਤੀ ਪੱਦੀ ਪਿਆਰ ਦੇ ਸਾਡੇ ਲੱਗੇ ਨਹੀਂ ਤੇ ਇਹ ਪਿੰਡੋ ਹੋ ਕੇ ਆਉਣਾ ਹੈ ਫੇਰ ਅੱਛਾ ਇਦਾਂ ਧਿਆਨ ਨਹੀਂਦਾ ਮੈਨੂੰ ਸਭ ਨੂੰ ਮੁਖੌਲ ਕਰਦੇ ਵੀ ਤੂੰ ਪਿੰਡ ਜਾਣਾ ਮੈਂ ਮੇਰਾ ਰੂਹ ਕਰਦਾ ਜੂ ਪਿੰਡ ਪਿਛਲੇ ਯਾਰੀ ਪਿੰਡ ਦਾ ਸਾਦਾ ਹੀ ਫੇਰ ਵੀ ਬਾਗ ਹੁੰਦਾ ਸਾਡਾ 12 ਵੀਆਂ ਦੇ ਘੇਰੇ ਘੇਰੇ ਅੰਬ ਅੱਛਾ ਅੱਛਾ ਹਾਂ ਤੇ ਜਦੋਂ ਤੁਸੀਂ ਉੱਥੇ ਜਾਂਦੇ ਹੋ ਫਿਰ ਦਿਨੇ ਦਿਨੇ ਹੋ ਕੇ ਆ ਜਾਂਦੇ ਕਿ ਰਾਤ ਵੀ ਨਹੀਂ ਨਹੀਂ ਦਿਨੇ ਅੱਛਾ ਜੀ ਦਿਨੇ ਤੋਂ ਤੇਰਾ ਘਰ ਕਿਸ ਦੇ ਘਰ ਹੋ ਰਹੇ ਗਏ ਸੀ ਬੰਦੇ ਉਹਨਾਂ ਦੇ ਘਰ ਇੱਥੇ ਉਹਦਾ ਮਾਮੇ ਹੀ ਪਿੰਡ ਉੱਥੇ ਪਠੇਕਵਾੜ ਕੇ ਉਹਦੇ ਕੋ ਕਹੀ ਜਾਂਦਾ ਇਹ ਪਿੱਛ ਦਾ ਹਰਾਦ ਉੱਥੇ ਮੈਂ ਆਪਣੇ ਘਰ ਨੇ ਦਾ ਆਦਾ ਆਪਣੇ ਪਿੰਡ ਨੇ ਤੇ ਜਿਹੜੇ ਉੱਥੇ ਤੁਹਾਡੇ ਸਾਥੀ ਨੇ ਉਹਨਾਂ ਦੇ ਵਿੱਚੋਂ ਕਦੇ ਕੋਈ ਆਇਆ ਇਸ ਪਾਸੇ ਮਿਲਣ ਵਾਸਤੇ ਕੋਈ ਆਇਆ ਜਿਹੜਾ ਖੁਦ ਸੁਪਦੇ ਦਾ ਘਰ ਆਇਆ ਅੱਛਾ ਹੋਰ ਨਹੀਂ ਕੋਈ ਬਹੁਤ ਬਹੁਤ ਧੰਨਵਾਦ ਬਾਪੂ ਜੀ ਇਹ ਇਹ ਸੰਜੀ ਬਾਪੂ ਕਸ਼ਮੀਰ ਸਿੰਘ ਜੀ ਪਿੰਡ ਸੌੜੀਆਂ ਦੇ ਵਿੱਚ ਰਹਿ ਰਹੇ ਨੇ ਬੜੇ ਖੁਸ਼ਹਾਲ ਜ਼ਿੰਦਗੀ ਬਤਾ ਰਹੇ ਨੇ ਪਰ ਉਹਨਾਂ ਨੂੰ ਇਸ ਗੱਲ ਦਾ ਹੀਰਵਾ ਵੀ ਆ ਉਹਨਾਂ ਨੇ ਆਪਣੇ ਘਰ ਛੱਡੇ ਤੇ ਦੁਬਾਰਾ ਸਥਾਪਿਤ ਹੋਣ ਵਾਸਤੇ ਬੜੀ ਮਿਹਨਤ ਮਸ਼ਕਤ ਕੀਤੀ ਤੇ ਅੱਜ ਉਹ ਆਪਣੀ ਬਹੁਤ ਵਧੀਆ ਜ਼ਿੰਦਗੀ ਜੀ ਰਹੇ ਨੇ ਪਰ ਉਹਨਾਂ ਦੀ ਖੁਸ਼ਕਿਸਮਤੀ ਇਹ ਵੀ ਆ ਕਿ ਉਹ ਕਈ ਵਾਰ ਆਪਣੇ ਪਿੰਡ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਨੂੰ ਆਪਣੇ ਹਾਨੀਆਂ ਨੂੰ ਮਿਲਦੇ ਨੇ ਉਹ ਆਪਣਾ ਘਰ ਵੇਖਦੇ ਨੇ ਤੇ ਬਹੁਤ ਸਾਰੇ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਆਪਣਾ ਘਰ ਦੁਬਾਰਾ ਵੇਖਣਾ ਨਸੀਬ ਨਹੀਂ ਹੋਇਆ ਇਸ ਗੱਲੋਂ ਅਸੀਂ ਉਹਨਾਂ ਨੂੰ ਖੁਸ਼ਕਿਸਮਤ ਮੰਨਦੇ ਆ ਦੋਸਤੋ ਇੱਥੇ ਤੁਹਾਡੇ ਕੋਲੋਂ ਚਾਹੁੰਦੇ ਆ ਜੀ ਇਜਾਜ਼ਤ ਮੇਰੇ ਨਾਲ ਨੇ ਮੇਰੇ ਸਹਿਯੋਗੀ ਪੱਤਰਕਾਰ ਬਲਦੇਵ ਸਿੰਘ ਕੰਬੋ ਮੈਂ ਤੁਹਾਡਾ ਸਾਥੀ ਤਰਵਿੰਦਰ ਸਿੰਘ ਔਲਖ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਬਜ਼ੁਰਗ ਹਸਤੀ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਉਦੋਂ ਤੱਕ ਲਈ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ